ਉਹ ਆਇਆ ਉਹਨੇ ਮਤਲਬ ਮੇਰੇ ਪੈਰਾਂ 'ਤੇ ਸੋਟੀਆਂ ਸੁੱਟੀਆਂ ਮਾਰੀਆਂ ਨੇ, ਲਾਇਆ ਜਲਾਇਆ ਛਿੱਕਿਆ, ਮੈਂ ਕੁਝ ਵੀ ਨਹੀਂ ਕੀਤੀ, ਮੈਂ ਪੱਕਾ ਰਿਹਾ ਕਿਉਂਕਿ ਮੇਰੇ ਕੋਲ ਤੁਰਿਆ ਜਾਂਦਾ ਹੀ ਨਹੀਂ ਸੀ। ਮੈਂ ਬਿਲਕੁਲ ਐਦ ਕਰ ਲਿਆ ਸੀ ਦਿਲ 'ਚ ਕਿ ਹੁਣ ਜਿਹੜਾ ਨਾ ਹਜ਼ਰਤ ਇਜ਼ਰਾਈਲੀ ਹੋਣ, ਫਿਰ ਬਸ ਕੰਮ ਮੁਕਾਉਣ, ਠੀਕ ਹੈ, ਕਿਉਂਕਿ ਤੁਰਿਆ ਤਾਂ ਜਾਂਦਾ ਨਹੀਂ ਸੀ। ਖੈਰ ਉਹਨੇ ਮਰਿਆ ਸਮਝਿਆ, ਉਹਨੇ ਕਹਿ ਕੇ ਮਰ ਗਿਆ। ਉੱਥੇ ਜਿਹੜਾ ਨਾ ਉਹਨੇ ਮੇਰਾ ਬੈਗ ਸੀ ਉਹਨੇ ਮੇਰੇ ਕੰਡ ਮਗਰੋਂ ਲਾਹ ਛੱਡਿਆ, ਔਰ ਪੱਥਰਾਂ ਦੇ ਵਿੱਚ ਹੀ ਉਹ ਜਨਾਬ ਛੱਡ ਕੇ ਔਰ ਬਸ ਤੁਰ ਗਏ ਨੇ ਜੀ। ਅਸਲਾਮੁ ਅਲੈਕਮ, ਮੇਰਾ ਨਾਮ ਹੈ ਹਸਨ ਅਹਿਮਦ ਅਤੇ ਮੈਂ ਹਾਫਿਜ਼ਾਬਾਦ ਪਾਕਿਸਤਾਨ ਤੋਂ ਬਿਲੋਂਗ ਕਰਦਾ ਅਤੇ ਅੱਜ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਹੈ। ਡੰਗੀ ਮੈਂ ਲਾਈ ਸੀ ਪਾਕਿਸਤਾਨ ਤੋਂ ਤੁਰਕੀ ਦੀ, ਠੀਕ ਹੈ, ਮਤਲਬ ਅੱਗੇ ਖਾਬ ਬਹੁਤ ਸਨ ਵੀ ਇਟਲੀ ਜਾਂ ਫਰਾਂਸ ਜਾਂ ਕਿਧਰੇ ਵੀ ਜਾਣਾ, ਲੇਕਿਨ ਜੋ ਅੱਲਾਹ ਪਾਕ ਨੂੰ ਮਨਜ਼ੂਰ ਹੈ। ਅਤੇ ਬਸ ਇਹ ਕਿ ਏਜੰਟ ਜਿਹੜੇ ਨੇ ਉਹਨਾਂ ਮੈਨੂੰ ਇਹੀ ਸਮਝਿਆ ਸੀ ਕਿ ਮਰ ਗਏ, ਮਰ ਗਿਆ ਅਤੇ ਛੱਡ ਦਿਓ ਲਿਆਜ਼ਾ ਅੱਗੇ ਟੁਰੋ, ਅਤੇ ਮਤਲਬ ਸਾਰੀ ਤੁਹਾਨੂੰ ਮੈਂ ਸਟੋਰੀ ਸੁਣਾਉਂਦਾ। ਅਤੇ ਇਹ ਅੱਜ ਤੋਂ 3 ਸਾਲ ਪਹਿਲੇ ਦਾ ਵਾਕਿਆ, ਤਕਰੀਬਨ ਅਗਸਤ ਜਾਂ ਸਤੰਬਰ ਦਾ, ਠੀਕ ਹੈ, 2018 ਅਗਸਤ ਜਾਂ ਸਤੰਬਰ ਹੈ, ਕਨਫਰਮ ਨਹੀਂ ਹੈ, ਮਤਲਬ ਜ਼ਿਆਦਾ ਜ਼ਿਆਦਾ ਜਾਂ ਅਗਸਤ ਜਾਂ ਸਤੰਬਰ ਹੈ। ਅਤੇ ਸਾਨੂੰ ਵੀ ਅਲੱਗ ਕੀਤਾ, ਸ਼ੌਕ ਜਾਗਿਆ ਜੀ ਅਸੀਂ ਵੀ ਯੂਰਪ ਜਾਣਾ, ਠੀਕ ਹੈ, ਕਰ ਲਿਆ, ਮਤਲਬ ਕਾਫੀ ਤਰਲੇ ਕੀਤੇ ਅੱਬੂ ਹੋਰਾਂ ਵੀ ਕਿ ਬੇਟਾ ਫਾਇਦਾ ਨਹੀਂ ਹੈ, ਇੱਜ਼ਤ ਤਰੀਕੇ ਨਾਲ ਜਿਹੜੀ ਸਾਈਡ 'ਤੇ ਮਰਜ਼ੀ ਨਿਕਲ ਜਾਓ ਜਿਹਦੇ ਜਾ ਸਕਦੇ ਹੋ, ਲੇਕਿਨ ਇਹ ਮੌਤ ਦਾ ਰਾਹ ਹੈ। ਆਖਰ ਉਹਨਾਂ ਵੀ ਸੁਣਿਆ ਸੀ ਜਾਂ ਵੇਖਿਆ ਤਾਂ ਖੈਰ ਕੀ ਸੁਣਿਆ ਹੀ ਸੀ ਕਿ ਫਾਇਦਾ ਨਹੀਂ ਹੈ, ਲੇਕਿਨ ਅਸਾਂ ਵੀ ਬਸ ਨਾ ਨਹੀਂ ਜਾਣਾ ਹੀ ਜਾਣਾ, ਜ਼ਰੂਰ ਜਾਣਾ, ਠੀਕ ਹੈ। ਉਹ ਵੀ ਫਿਰ ਉਹ ਵਾਲਦਿਆਂ ਨੂੰ ਨਾ ਆਖਰ ਆਖਿਆ ਕਿ ਸਹੀ ਹੈ, ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾਓ। ਅਤੇ ਲੋਰੋ ਮਤਲਬ ਜਿਸ ਟਾਈਮ ਪਹਿਲੇ ਏਜੰਟ ਨਾਲ ਗੱਲ ਹੋਈ ਔਰ ਉਹਨੇ ਆ ਕੇ ਸਿਰਫ 3 ਘੰਟੇ ਟੁਰਨਾ, ਅਤੇ 3 ਘੰਟੇ ਤੋਂ ਬਾਅਦ ਜਨਾਬ ਕੋਲ ਤੁਹਾਨੂੰ ਗੱਡੀ ਸੀਟ ਬਾਈ ਸੀਟ ਲੈ ਕੇ ਜਾਵੇਗੀ, ਕੋਈ ਮਸਲਾ ਨਹੀਂ, ਕੋਈ ਪ੍ਰੋਬਲਮ ਨਹੀਂ, ਠੀਕ ਹੈ। ਬਸ ਇਹ ਵੇ ਕਿ ਥੋੜ੍ਹੀਆਂ ਜਿਹੀਆਂ ਮੁਸ਼ਕਲਾਂ ਹੁੰਦੀਆਂ, ਅਸਾਂ ਵੀ ਆ ਕੇ ਥੋੜ੍ਹੀਆਂ ਕਿੰਨੀਆਂ ਕੁ ਹੁੰਦੀਆਂ, ਉਹਨੇ ਆ ਕੇ ਥੋੜ੍ਹੀਆਂ ਹੀ ਨੇ, ਬਸ ਆ ਕੇ ਚਲੋ। ਅਤੇ ਮੈਂ ਨਾਲ ਜਿਹੜਾ ਨਾ 1-2 ਪੈਂਟ ਸ਼ਰਟਾਂ ਲੈ ਲਈਆਂ ਔਰ ਉਸ ਤੋਂ ਬਾਅਦ ਖੁਦਾ ਤੁਹਾਡਾ ਭਲਾ ਕਰੇ ਕੱਪੜੇ ਛੱਪੜੇ ਲੈ ਲਏ ਔਰ ਘਰੋਂ ਇਸ ਤਰ੍ਹਾਂ ਹੀ ਨਿਕਲੇ ਹਾਂ ਕਿ ਜਿਹੜਾ ਨਾ ਕਾਟਨ ਦਾ ਮੈਂ ਸੂਟ ਪਾਇਆ ਸੀ, ਮਾਇਆ ਉਹਨੂੰ ਲੱਗੀ ਔਰ 1 ਸਾਈਡ ਕਟਿੰਗ ਸ਼ਟਿੰਗ ਮੈਂ ਸਾਰੀ ਕਰਵਾ ਕੇ, ਔਰ ਇਸੇ ਤਰ੍ਹਾਂ ਮਤਲਬ ਇਹ ਵੇ ਕਿ ਇਸ ਤਰ੍ਹਾਂ ਹੀ ਸਿਸਟਮ ਸੀ ਕਿ ਜਿਸ ਤਰ੍ਹਾਂ ਜੀ ਸਾਡਾ ਤੁਰਕੀ ਦੇ ਸਦਰ ਨੇ ਆ ਕੇ ਬਾਰਡਰ 'ਤੇ ਇਸਤਕਬਾਲ ਕਰਨਾ, ਕਾਟਨ ਦੇ ਕੱਪੜੇ ਅਤੇ ਮਾਇਆ ਲੱਗੀ ਔਰ ਲਾਹੌਰ ਤੋਂ ਕੋਇਟੇ ਆ, ਮਤਲਬ ਅਸੀਂ ਡੈਵੋ 'ਚ ਗਏ ਹਾਂ ਔਰ ਇਸ ਤਰ੍ਹਾਂ ਗਏ ਹਾਂ ਕਿ ਜਿਸ ਤਰ੍ਹਾਂ ਮਤਲਬ ਨਾ ਇੱਕ ਬੜੇ ਕੋਈ ਨਵਾਬ ਹੁੰਦੇ ਨੇ, ਜਾ ਰਹੇ ਹਾਂ ਕੋਇਟੇ ਅਸੀਂ ਗਏ ਹਾਂ, ਉੱਥੇ ਸਾਨੂੰ ਜਾ ਕੇ ਏਜੰਟ ਨੇ ਜੀ ਦੱਸਿਆ ਜੀ ਉੱਥੇ ਵੀ ਜਿਹੜਾ ਏਜੰਟ ਹੁੰਦਾ ਉਹਨੇ ਜਿਸ ਤਰ੍ਹਾਂ ਮਤਲਬ ਸਾਡੇ ਲੋ ਵੇਖਿਆ, ਇੱਕ ਹੋਰ ਮੇਰੇ ਨਾਲ ਮੁੰਡਾ ਸੀ ਉਹਦੇ ਲੋ ਵੇਖਿਆ, ਉਹਨੇ ਚਿੱਟੇ ਪਾਏ, ਮੈਂ ਜਿਹੜਾ ਨਾ ਹੁਣ ਮੈਨੂੰ ਕਲਰ ਦਾ ਯਾਦ ਨਹੀਂ, ਬਈ ਉਹ ਕਲਰ ਦਾ ਨਾਮ ਨਹੀਂ ਯਾਦ ਆ ਰਿਹਾ, ਉਸ ਕਲਰ ਦੇ ਕੱਪੜੇ ਪਾਏ ਔਰ ਉਹ ਸਾਡੇ ਲੋ ਵੇਖ ਕੇ ਹੱਸਣ ਲੱਗ ਪਿਆ ਏਜੰਟ, ਕਹਿੰਦਾ ਯਾਰ ਕੋਈ ਆਪਣੇ ਪਾਸ ਅਗਰ ਟਰੋ ਪਠਾਨ ਸੀ ਤਾਂ ਕਹਿੰਦਾ ਕਿ ਯਾਰ ਅਗਰ ਆਪਣੇ ਪਾਸ ਕੋਈ ਟਰੋਜ਼ਰ ਸ਼ਰਟ ਵਗੈਰਾ ਤਾਂ ਉਹ ਪਹਿਨੋ, ਇਹ ਇਸ ਰਾਸਤੇ ਪਰ ਨਹੀਂ ਚਲਤਾ, ਇਹ ਤੋ ਕੱਪੜਾ ਆਪਣਾ ਆਪ ਤੋਂ ਐਸੇ ਹੋ ਜੈਸੇ ਆਪ, ਮਤਲਬ ਪਹਿਲੇ ਉਹਨੇ ਸਮਝਿਆ ਕਿ ਸ਼ਾਇਦ ਇਹਨਾਂ ਇਰਾਨ ਦਾ ਵੀਜ਼ਾ ਲਵਾਇਆ ਹੋਏ ਅਤੇ ਇਹਨਾਂ ਇਸ ਵਜ੍ਹਾ ਤੋਂ ਸੀਟ ਬਾਈ ਸੀਟ ਦੇਣਾ। ਸਾਨੂੰ ਇੱਕ ਵਾਰੀ ਥੋੜ੍ਹਾ ਜਿਹਾ ਸ਼ੱਕ ਹੋਇਆ, ਲੇਕਿਨ ਮੁੜ ਅਸੀਂ ਇੱਕ ਦੂਜੇ ਨੂੰ ਜਿਹੜਾ ਨਾ ਤਸੱਲੀ ਤਸਲੀਆਂ ਦੇ ਕੇ ਅਤੇ ਸਿੱਧਾ ਪੁੱਟਾ ਕੀਤਾ, ਕਿਉਂਕਿ ਸਾਨੂੰ ਅੱਗੋਂ ਮਤਲਬ ਲੀਰੇ ਨਜ਼ਰ ਆ ਰਹੇ ਸਨ, ਉਸ ਤੋਂ ਬਾਅਦ ਯੂਰੋ ਨਜ਼ਰ ਆ ਰਹੇ ਸਨ ਔਰ ਇੱਕ ਅੱਛੀ ਲਾਈਫ ਨਜ਼ਰ ਆ ਰਹੀ ਸੀ, ਜਿਵੇਂ ਜਾਂਦੇ ਹਾਂ ਇਟਲੀ ਦੇ ਪੇਪਰ ਮਿਲ ਜਾਣੇ ਨਹੀਂ ਜਾਂ ਫਰਾਂਸ ਦੇ, ਅਤੇ ਬਸ ਇਸੇ ਤਰ੍ਹਾਂ ਹੀ ਜਿਹੜਾ ਨਾ ਇੱਕ ਦੂਜੇ ਨੂੰ ਤਸਲੀਆਂ ਦਿੱਤੀਆਂ ਔਰ ਖੁਦਾ ਤੁਹਾਡਾ ਭਲਾ ਕਰੇ। ਜੁੰਮੇ ਵਾਲਾ ਦਿਨ ਸੀ ਅਤੇ ਤਕਰੀਬਨ ਰਾਤੀ 9 ਵਜੇ ਦਾ ਟਾਈਮ ਹੋਇਆ ਅਤੇ ਏਜੰਟ ਨੇ ਸਾਨੂੰ ਜਿਹੜਾ ਨਾ ਅੱਖ ਕਿਲੋ ਜੀ ਤੁਹਾਡਾ ਹੁਣ ਇਰਾਨ ਦੇ ਬਾਰਡਰ ਵਾਲਾ ਸਫ਼ਰ ਸਟਾਰਟ ਕਰਨਾ ਕੋਇਟੇ ਤੋਂ, ਲਿਹਾਜ਼ਾ ਥੱਲੇ ਫਲਾਣੇ ਨੰਬਰ ਦੀ ਗੱਡੀ ਹੈ ਉਹਦੇ ਕੋਲ ਪਹੁੰਚ ਜਾਓ। ਅਤੇ ਅਸੀਂ 16 ਉਹਨੇ ਮੁੰਡੇ ਜਿਹੜੇ ਨਾ ਉਹ ਉਹਨੇ ਅਲੀਹਦਾ ਕਰਕੇ ਗੇਮ ਉਹਨੇ ਮਤਲਬ ਉਹਨਾਂ ਨੇ ਗੇਮ ਬਣਾਈ ਦੀ, ਮਤਲਬ ਗੇਮ ਉਹਨਾਂ ਮਤਲਬ ਉਹ 16 ਮੁੰਡਿਆਂ ਦੀ ਇਕੱਠੀ ਕਰਕੇ ਉਹਨਾਂ ਆਖਿਆ ਕਿ ਲਓ ਜੀ ਤੁਸੀਂ ਜਿਹੜਾ ਨਾ 16 ਮੁੰਡੇ ਜਾਓ ਪਹਿਲਾਂ,
ਜਿਹਦੇ ਵਿੱਚ ਮੈਂ ਵੀ ਸ਼ਾਮਿਲ ਸਾਂ। ਅੱਛਾ, ਮੈਂ ਕਿਹਾ ਹੋਣਾ ਕਿ ਤੋ ਤਿੰਨ ਚਾਰ ਕਾਰਾਂ ਹੋਣੀਆਂ ਨੇ, ਮਤਲਬ ਟੋੜੇ ਸੋਚਿਆ ਕਿ ਜਿਹੜਾ ਨਾ ਫਰੰਟ ਅਤੇ ਬਾਹਾਂ ਦਾ ਅਤੇ ਇਹ ਵੋ, ਲੇਕਿਨ 7-ਸੀਟਰ ਗੱਡੀ ਸੀ ਔਰ 7-ਸੀਟਰ ਗੱਡੀ ਦੇ ਵਿੱਚ ਸਰ ਉਹਨਾਂ ਸਾਨੂੰ ਲੋਡ ਕੀਤਾ ਜਿਵੇਂ ਈਦ ਦੇ ਹੋਵੇ ਨਾ ਅਤੇ ਰਕਸ਼ੇ ਦੇ ਵਿੱਚ ਲੇਲੇ ਲੋਡ ਕਰਦੇ ਨੇ, ਇਸ ਤਰ੍ਹਾਂ ਸਰ ਉਹਨਾਂ ਸਾਨੂੰ ਲੋਡ ਕੀਤਾ। ਔਰ ਇੰਝ ਸਮਝ ਲਓ ਕਿ ਮੇਰੇ ਨਾ ਮਤਲਬ ਇੱਥੇ ਇੰਝ ਕਰਕੇ ਨਜ਼ਦੀਕ ਇੱਕ ਪੈਰ ਆਇਆ, ਕਿਉਂਕਿ ਮੈਂ ਹੁਣ ਜਿਹੜਾ ਨਾ ਸੈਡ 'ਤੇ ਕਰਨਾ ਅਤੇ ਮਤਲਬ ਥੋੜ੍ਹੀ ਜਿਹੀ ਦੂਰੋਂ ਆਵਾਜ਼ ਆਉਂਦੀ ਉਹ ਮੇਰੇ ਪੈਰ ਨੂੰ ਕੌਣ ਪਿਆ ਲਾਉਂਦਾ। ਮੈਂ ਕਿਹਾ ਤੂੰ ਉੱਥੇ, ਤੇਰਾ ਪੈਰ ਇੱਥੇ ਆਉਂਦਾ, ਮੈਂ ਵਿੱਚ ਲੰਮਾ ਪਿਆ। ਇਹ ਦਾ ਸਿਸਟਮ ਹੋਇਆ ਸੀ ਕਿ ਸਾਨੂੰ ਜਿਹੜਾ ਨਾ ਪਤਾ ਲੱਗਦਾ ਪਿਆ ਸੀ। ਖੈਰ, ਅਸੀਂ ਜਿਹੜਾ ਨਾ ਯਕਮਾ 'ਚ ਪਹੁੰਚ ਕੇ ਏਜੰਟ ਨਾਲ ਰਾਬਤਾ ਕੀਤਾ। ਏਜੰਟਾ ਕਿਹਾ ਥੋੜ੍ਹਾ ਜਿਹਾ ਮਸਲਾ ਯਾਰਾ, ਟੈਨਸ਼ਨ ਨਹੀਂ ਲੈਣੀ, ਕਾਰ ਨਹੀਂ ਫੋਨ ਕਰਨਾ ਅਤੇ ਕੋਈ ਅੱਲਾ ਪਾਕ ਚੰਗੀਆਂ ਕਰਦਾ। ਅਸਾਂ ਫਿਰ ਇੱਕ ਦੂਜੇ ਨੂੰ ਤਸੱਲੀ ਦਿੱਤੀ ਕਿ ਕੋਈ ਬਣਦੀਆਂ ਰਹਿੰਦੀਆਂ ਨੇ ਮੁਸੀਬਤਾਂ। ਖੈਰ, ਯਕਮਾ 'ਚ ਤੋਂ ਸਰ ਉਹਨਾਂ ਸਾਨੂੰ ਡਾਲਿਆਂ 'ਤੇ ਲੋਡ ਕੀਤਾ ਔਰ ਡਾਲਿਆਂ 'ਤੇ ਜਿਸ ਟਾਈਮ ਲੋਡ ਕੀਤਾ ਅਤੇ ਉਹਨਾਂ ਉਹ ਜਿਹੜਾ ਬਲੋਚਿਸਤਾਨ ਦਾ ਇਲਾਕਾ ਸੀ, ਸਹਿਰਾ ਸੀ, ਦੂਰ ਦੂਰ ਤੱਕ ਨਾ ਬੰਦਾ ਨਾ ਬੰਦੇ ਦੀ ਜ਼ਾਤ, ਠੀਕ ਹੈ। ਡਾਲੇ ਪਜਾ ਕੇ ਮਰ ਉਹਨਾਂ ਇੰਝ ਹੀ ਸਮਝਿਆ ਕਿ ਬਸ ਜਿਹੜਾ ਨਾ ਅੱਜ ਆਖਰੀ ਦਿਨ। ਔਰ ਨਿੱਕੇ ਨਿੱਕੇ ਬੱਚੇ ਪਜਾਉਂਦੇ ਪਏ ਨੇ ਸਾਡੇ ਵਾਲੀ ਸਾਈਡ 'ਤੇ, ਮਤਲਬ ਪੰਜਾਬ ਦੇ ਵਿੱਚ ਮੋਟਰਸਾਈਕਲ ਐਡੇ ਬੱਚੇ ਚਲਾਉਂਦੇ ਨੇ ਔਰ ਉਹਨਾਂ ਦੇ ਨਿੱਕੇ ਨਿੱਕੇ ਮੁੰਡੇ ਤਕਰੀਬਨ 15-16 ਸਾਲ ਉਹਨਾਂ ਦੀ ਏਜ 'ਤੇ ਡਾਲਾ ਪਜਾ ਰਹੇ ਨੇ। ਔਰ ਉਹ ਵੀ ਮੈਨੂੰ ਰਾਹ ਦੇ ਵਿੱਚ ਉਹਨਾਂ ਤਕਰੀਬਨ 12-1 ਵਜੇ ਇੱਕ ਸਟੇਅ ਕੀਤਾ ਇੱਕ ਜਗ੍ਹਾ 'ਤੇ, ਅਤੇ ਮੈਂ ਜਿਸ ਟਾਈਮ ਲੱਥਾਂ ਔਰ ਦੁਬਾਰਾ ਜਿਸ ਟਾਈਮ ਬਹਿਣ ਲੱਗਿਆ, ਉਸ ਟਾਈਮ ਪਤਾ ਲੱਗਿਆ ਕਿ ਯਾਰ ਸਾਡਾ ਤਾਂ ਡਰਾਈਵਰ ਆਵੇ, ਠੀਕ ਹੈ। ਔਰ ਉਸ ਤੋਂ ਬਾਅਦ ਪਹਿਲਾਂ ਤਾਂ ਸਾਨੂੰ ਡਰ ਸੀ ਕਿ ਅਸੀਂ ਸਾਨੂੰ ਕੋਈ ਉੱਥੇ ਮਤਲਬ ਡਾਕੂ ਪੈ ਜਾਂਦੇ ਨੇ, ਉਹਦੇ ਨਾਲ ਨਾ ਮਰ ਜਾਈਏ, ਸਾਨੂੰ ਕੋਈ ਡਾਕੂ ਨਾ ਪੈ ਜਾਵੇ। ਅਤੇ ਜਿਸ ਟਾਈਮ ਮੈਂ ਡਰਾਈਵਰ ਵੇਖਿਆ ਤਾਂ ਮੈਂ ਕਿਹਾ ਡਾਕੂ ਤੋਂ ਬਚ ਵੀ ਗਏ ਅਤੇ ਇਹਨੇ ਕਿਤੇ ਮਾਰ ਦੇਣਾ, ਇਹਦਾ ਪੈਰ ਪਹੁੰਚਦਾ ਥੱਲੇ ਬ੍ਰੇਕ ਤੱਕ ਜਾਂ ਕਿਤੇ ਰੇਸ ਤੱਕ। ਖੈਰ, ਰਾਤੀ 8 ਵਜੇ ਤੱਕ ਉਹਨਾਂ ਡਾਲਿਆਂ ਸਾਨੂੰ ਪਜਾਇਆ, ਮੂੰਹ ਦੇ ਵਿੱਚੋਂ ਜਿਹੜਾ ਨਾ ਅਸਾਂ ਮਿੱਟੀ ਛਿੱਟੀ ਕੱਢੀ, ਠੀਕ ਹੈ। ਉਹ ਤਾਂ ਸਾਡੇ ਆਪਣੇ ਪਾਕਿਸਤਾਨੀ ਭਰਾ ਸਨ, ਕਿਉਂਕਿ ਉਹ ਬਲੋਚਿਸਤਾਨ ਦਾ ਇਲਾਕਾ ਸੀ, ਸਾਡੇ ਪਾਕਿਸਤਾਨੀ ਭਰਾ ਸਨ ਜਿਹੜੇ ਕਿ ਅਸੀਂ ਆਉਂਦੇ ਸਾਂ ਕਿ ਅਸੀਂ ਪੰਜਾਬ ਤੋਂ ਆਏ ਹਾਂ, ਉਹ ਆਉਂਦੇ ਤੁਸੀਂ ਪਾਕਿਸਤਾਨੀ ਹੋ, ਮਤਲਬ ਖੈਰ ਉਹ ਮਤਲਬ ਪਾਕਿਸਤਾਨੀ ਨਹੀਂ ਆਪਣੇ ਆਪ ਨੂੰ ਆਉਂਦੇ। ਉਹਨਾਂ ਸਾਡੇ ਕੋਲੋਂ 1500-1500 ਰੁਪਈਆ ਲਿਆ, ਇੱਕ ਸਾਨੂੰ ਰੋਟੀ ਅਤੇ ਸਾਲਣ ਅਤੇ ਸਾਫ਼ ਪਾਣੀ ਉਹਨਾਂ ਦਿੱਤਾ, ਠੀਕ ਹੋ ਗਿਆ। ਅਤੇ ਉਹ ਜੀ ਅਸੀਂ ਲਿਆ, ਲੈ ਕੇ ਖਾਧਾ ਅਤੇ ਏਜੰਟ ਨੂੰ ਕਾਲ ਲਾਈਏ ਔਰ ਏਜੰਟ ਦੀ ਇੱਕ ਵਾਰੀ ਜਿਹੜਾ ਨਾ ਫਿਰ ਥੋੜ੍ਹੀ ਜਿਹੀ ਕੁੱਤੀ ਨੂੰ ਆਈਏ ਕਿ ਸਾਨੂੰ ਸਾਰੀ ਰਾਤ ਦਿਨ ਅਸੀਂ ਮਰ ਗਏ ਹਾਂ ਗਰਮੀ ਦੇ ਵਿੱਚ। ਉਸ ਆਖਿਆ ਇਸ ਤੋਂ ਅੱਗੇ ਸਿਰਫ ਤੁਸੀਂ 2 ਘੰਟੇ ਤੁਰਨਾ, ਟੈਨਸ਼ਨ ਨਹੀਂ ਲੈਣੀ। ਉਹਨੇ ਸਾਨੂੰ ਜਿਸ ਟਾਈਮ ਆਖਿਆ ਏਜੰਟ ਨੇ ਕਿ ਤੁਸੀਂ ਟੈਨਸ਼ਨ ਨਹੀਂ ਲੈਣੀ, ਅਸੀਂ ਜਿਹੜਾ ਨਾ ਫਿਰ ਸਹੀ ਮਤਲਬ ਇੱਕ ਦੂਜੇ ਨੂੰ ਤਸੱਲੀਆਂ ਇਸ ਤੋਂ ਦਿੰਦੇ ਸਾਂ ਕਿ ਚਲੋ ਅੱਲਾ ਕਰੇ ਸਾਡਾ ਕੋਈ ਚੰਗਾ ਸਬਬ ਲੱਗ ਜਾਏ। ਖੈਰ, ਰਾਤ ਦੇ 10 ਵਜੇ ਦੁਬਾਰਾ ਫਿਰ ਡਾਲਿਆਂ 'ਤੇ ਲੋਡ ਉਹਨਾਂ ਕੀਤਾ, ਲੋਡ ਕਰਕੇ ਅਤੇ ਇਰਾਨ ਦੇ ਬਾਰਡਰ 'ਤੇ ਲੈ ਗਏ ਨੇ, ਬਾਰਡਰ ਏਰੀਆ। ਅਤੇ ਲੈਟ ਉਸ ਬੰਦੇ ਦੇ ਪੁੱਤਰ ਗੱਡੀ ਦੀ ਬੰਦ ਕੀਤੀ ਔਰ ਜਿੰਨਾ ਕੁ ਉਸ ਗੱਡੀ 'ਚ ਹਿੰਮਤ ਸੀ ਨਾ, ਮਤਲਬ 180 ਜਾਂ 150 ਦੀ ਸਪੀਡ ਉਸ ਬੰਦੇ ਪਜਾਇਆ, ਜਿੰਨੀ ਗੱਡੀ ਦੀ ਕਪੈਸਿਟੀ ਆਇਆ ਸੀ ਔਰ ਲੈਟ ਬੰਦ ਸੀ। ਸਾਨੂੰ ਇੰਝ ਹੀ ਲੱਗਦਾ ਸੀ ਕਿ ਜਿਹੜਾ ਨਾ ਅੱਜ ਸਾਡੀ ਆਖਰੀ ਰਾਤ ਹੈ, ਠੀਕ ਹੈ ਨਾ, ਅੱਜ ਇਜ਼ਰਾਈਲ ਹੁਣੇ ਇੱਧੋਂ ਆਇਆ ਜਾਂ ਇੱਧੋਂ ਆਇਆ, ਬਸ ਆਇਆ ਹੀ ਹੈ ਸਮਝੋ, ਠੀਕ ਹੋ ਗਿਆ। ਅੱਲਾ ਅੱਲਾ ਕਰਦਿਆਂ ਜੀ ਉਹਨਾਂ ਸਾਨੂੰ ਜਿਹੜਾ ਨਾ ਰਾਤੀ ਤਕਰੀਬਨ 12-1 ਵਜੇ ਦਾ ਆਇਆ ਸੀ ਟਾਈਮ, ਉਹਨੇ ਸਾਨੂੰ ਬਾਰਡਰ ਪਾਰ ਕਰਾ ਦਿੱਤਾ ਇਰਾਨ ਦਾ। ਇਰਾਨ ਦੇ ਵਿੱਚ ਜਿਸ ਵਕਤ ਐਂਟਰ ਹੁੰਦੇ ਗਏ ਹਾਂ ਅਤੇ ਸਾਡੀ ਅਸਲ ਜਿਹੜਾ ਨਾ ਜ਼ਲਾਲਤ ਸਟਾਰਟ ਹੋਈ ਹੈ, ਜਿੱਥੇ ਕਿ ਸਾਨੂੰ ਪਤਾ ਲੱਗਾ ਕਿ ਅਸੀਂ ਵਾਕਈ ਜਿਹੜਾ ਨਾ ਡੰਕੀ ਲਾਉਂਦੇ ਪਏ ਹਾਂ। ਸਾਨੂੰ ਉਹਨਾਂ ਦੱਸਿਆ ਸੀ ਕਿ ਤੁਸੀਂ ਸਿਰਫ 3 ਘੰਟੇ ਟੁਰਨਾ, ਠੀਕ ਹੈ। ਔਰ ਜਿਸ ਟਾਈਮ ਉਹਨਾਂ ਸੁਬਹਾ ਸਾਨੂੰ ਅਜ਼ਾਨਾ ਟਾਈਮ ਉਠਾਇਆ ਨਾ ਕਿ ਚਲੋ ਅਗਾਂਹ ਟੁਰਨਾ, ਲਾ ਇਲਾਹ ਇਲਾ ਮੁਹੰਮਦ ਰਸੂਲਲਾ ਅਜ਼ਾਨਾ ਤੋਂ ਲੈ ਕੇ ਅਤੇ ਰਾਤੀ 9 ਵਜੇ ਤੱਕ ਉਹਨਾਂ ਬੰਦੇ ਦੇ ਪੁੱਤਰਾਂ ਟੋਰਿਆ ਔਰ ਰਾਹ ਦੇ ਵਿੱਚ ਸਿਰਫ ਉਹਨਾਂ 2 ਵਾਰੀ ਪਾਣੀ ਦਿੱਤਾ। ਉਹਨਾਂ ਵੀ ਨਹੀਂ ਦਿੱਤਾ ਕਿ ਮਤਲਬ ਉਹ ਉੱਥੇ ਮੋਟਰਸਾਈਕਲਾਂ ਵਾਲੇ ਆਏ ਨੇ ਔਰ ਉਹ ਇਰਾਨੀ ਕਰੰਸੀ ਤੁੰਮਣ ਜਿਹਨੂੰ ਆਉਂਦੇ ਨੇ, ਉਹ ਕੋਈ ਮਤਲਬ 10-15 ਹਜ਼ਾਰ ਹੁਣ ਮੈਨੂੰ ਮਤਲਬ ਕਨਫਰਮ ਯਾਦ ਨਹੀਂ।
ਤੇ ਉਹ ਇੱਕ ਪਾਣੀ ਦੀ ਬੋਤਲ ਦਿੰਦੇ ਸਨ ਔਰ ਮੈਂ ਉਹ ਸਰਕਾਰ ਲਈ। ਅਗਲਾ ਦਿਨ ਸ਼ੁਰੂ ਹੋਇਆ ਸੁਬਹਾ ਦਾ, ਜਿਸ ਟਾਈਮ ਅਜ਼ਾਨਾਂ ਦਾ ਟਾਈਮ ਹੋਇਆ, ਅਜ਼ਾਨਾਂ ਦੀ ਕਿਧਰੇ ਦੂਰੋਂ ਆਵਾਜ਼ ਆਈ, ਉਹਨਾਂ ਸਾਨੂੰ ਉਠਾਇਆ ਔਰ ਉਠਾ ਕੇ ਜਿਹੜਾ ਨਾ ਉਹਨਾਂ ਕਹਿ ਕੇ ਚਲੋ ਜੀ ਤੁਹਾਡਾ ਜਿਹੜਾ ਨਾ ਟਾਈਮ ਸਟਾਰਟ ਹੈ, ਟੁਰੋ। ਲੇਕਿਨ ਇਹ ਵੇ ਕਿ ਸਾਡੇ ਬਿਲਕੁਲ ਜਿੰਨੇ ਵੀ ਅਸੀਂ ਐਸ ਸਾਡੀਆਂ ਲੱਤਾਂ ਛੱਤਾਂ ਜਵਾਬ ਦੇ ਗਈਆਂ ਸਨ, ਕਿਉਂਕਿ ਪਹਾੜੀ ਇਲਾਕੇ ਦਾ ਪਹਿਲੇ ਨਾ ਮਤਲਬ ਇਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਹੈ ਸੀ। ਖੈਰ ਉਹ ਸਾਡੇ ਨਾਲ ਅਫਗਾਨਿਸਤਾਨ, ਉਹ ਤਾਂ ਪਹਾੜਾਂ ਦੇ ਉੱਤੇ ਚੜ੍ਹਦੇ ਸਨ, ਜਿਵੇਂ ਜਿਹੜਾ ਨਾ ਅਸੀਂ ਇੱਕ ਮੈਦਾਨੀ ਇਲਾਕੇ ਨੱਸਦੇ ਹਾਂ, ਆਮ ਰੂਟੀਨ ਵਾਈਜ਼ ਟੁਰਨੇ ਹਾਂ, ਉਹ ਤਾਂ ਟ੍ਰੇਨ ਸਨ ਹੀ ਆ, ਟ੍ਰੇਨ ਮਤਲਬ ਉਹਨਾਂ ਦੇ ਇਲਾਕੇ ਵੀ ਐਸੇ ਨੇ। ਖੈਰ ਉੱਥੋਂ ਨਿਕਲੇ ਹਾਂ, ਅੱਲਾ ਅੱਲਾ ਕਰਦਿਆਂ ਅਗਲੀ ਜਿਹੜਾ ਨਾ ਸ਼ਾਮ ਤੱਕ ਉਹਨਾਂ, ਜਿਸ ਵਕਤ ਮੈਂ ਉੱਥੇ ਲੰਮਾ ਪੈ ਗਿਆ, ਇੱਕ ਘੰਟੇ ਬਾਅਦ ਏਜੰਟ ਆਇਆ ਔਰ ਮੈਨੂੰ ਪਤਾ ਸੀ ਉਹਦੇ ਕੋਲ ਸੋਟੀ ਸੀ, ਉਹ ਜਿਹੜਾ ਨਹੀਂ ਸੀ ਉਹਦਾ ਉਹਨੂੰ ਸੋਟੀ ਮਾਰਦਾ ਸੀ ਔਰ ਮੈਂ ਇਹ ਹਾਲਤ ਸਾਂ, ਜੇ ਮੈਂ ਮਤਲਬ ਉਹਨੂੰ ਕੋਈ ਹਿਲਦਾ ਜੁਲਦਾ ਨਜ਼ਰ ਆ ਜਾਂਦਾ ਨਾ ਉੱਠਦਾ, ਉਸ ਬੰਦੇ ਆਖਣਾ ਸੀ ਕਿ ਇਹਨੂੰ ਜਿਹੜਾ ਨਾ ਕਿਸੇ, ਕਿਉਂਕਿ ਜਿਹੜਾ ਬੰਦਾ ਟੁਰ ਸਕਦਾ ਜਿਹੜੇ ਬੰਦੇ ਸਾਹ ਆਇਆ ਸੀ ਨਾ ਉਹਨੂੰ ਸੋਟੀ ਮਾਰ ਕੇ, ਜਿਹੜਾ ਨਾ ਸੋਟੀਆਂ ਮਾਰ ਕੇ ਟੋਰਦੇ ਆਇਆ ਸਾਨੂੰ, ਕਟੂਰੋ ਸਹੀ ਇੱਥੇ ਬਹਿਣਾ ਨਹੀਂ, ਕਿਉਂਕਿ ਉਹਨਾਂ ਨੂੰ ਆਪਣਾ ਵੀ ਖਤਰਾ ਹੁੰਦਾ ਸੀ ਕਿ ਮਗਰੋਂ ਫੌਜ ਪੈ ਗਈ ਅਤੇ ਇਹਨਾਂ ਦੱਸਣਾ ਕਿ ਇੱਦੇ ਗਏ ਨਹੀਂ ਆ, ਇੱਦੇ ਗਏ ਨੇ। ਖੈਰ ਮੈਂ ਉੱਥੇ ਜਿਹੜਾ ਨਾ ਏਜੰਟ ਮੇਰੇ ਕੋਲ ਜਿਸ ਟਾਈਮ ਆਇਆ, ਮੈਨੂੰ ਪਤਾ ਲੱਗ ਗਿਆ ਮੈਂ ਬਿਲਕੁਲ ਜਿਹੜਾ ਨਾ ਉੱਥੇ ਹੀ ਪੱਕਾ ਹੋ ਗਿਆ। ਉਹ ਆਇਆ, ਉਹਨੇ ਮਤਲਬ ਮੇਰੇ ਪੈਰਾਂ 'ਤੇ ਸੋਟੀਆਂ ਸੁੱਟੀਆਂ ਮਾਰੀਆਂ ਨੇ, ਲਾਇਆ ਜੁਲਾਇਆ ਛਿੱਕਿਆ, ਮੈਂ ਕੁਝ ਵੀ ਨਹੀਂ ਕੀਤੀ, ਮੈਂ ਪੱਕਾ ਰਿਹਾ ਕਿਉਂਕਿ ਮੇਰੇ ਕੋਲ ਟੁਰਿਆ ਜਾਂਦਾ ਹੀ ਨਹੀਂ ਸੀ। ਮੈਂ ਬਿਲਕੁਲ ਐਦ ਕਰ ਲਿਆ ਸੀ ਦਿਲ 'ਚ ਕਿ ਹੁਣ ਜਿਹੜਾ ਨਾ ਹਜ਼ਰਤ ਇਜ਼ਰਾਈਲੀ ਹੋਣ ਔਰ ਬਸ ਕੰਮ ਮੁਕਾਉਣ, ਠੀਕ ਹੈ, ਕਿਉਂਕਿ ਟੁਰਿਆ ਤਾਂ ਜਾਂਦਾ ਨਹੀਂ ਸੀ। ਖੈਰ ਉਹਨੇ ਮਰਿਆ ਸਮਝਿਆ, ਉਹਨੇ ਕਹਿ ਕੇ ਮਰ ਗਿਆ। ਉੱਥੇ ਜਿਹੜਾ ਨਾ ਉਹ ਉਹਨੇ ਮੇਰਾ ਬੈਗ ਸੀ ਉਹ ਉਹਨੇ ਮੇਰੇ ਕੰਡ ਮਗਰੋਂ ਲਾਹ ਛੱਡਿਆ ਔਰ ਪੱਥਰਾਂ ਦੇ ਵਿੱਚ ਹੀ ਉਹ ਜਨਾਬ ਛੱਡ ਕੇ ਔਰ ਬਸ ਤੁਰ ਗਏ ਨੇ। ਔਰ ਮੇਰੇ ਕੋਲ ਮੈਂ ਉੱਥੇ ਬਸ ਇਹ ਹੀ ਸਮਝਿਆ ਕਿ ਬਸ ਮੌਤ ਹੈ, ਹੁਣ ਇਸ ਤੋਂ ਅੱਗੇ ਹੁਣ ਇਸ ਤੋਂ ਅੱਗੇ ਕੁਝ ਵੀ ਨਹੀਂ ਹੈ। ਖੈਰ ਉਹ ਆਉਂਦੇ ਨੇ ਕਿ ਜਿਹਨੂੰ ਅੱਲਾ ਰੱਖੇ ਉਹਨੂੰ ਕੌਣ ਦੇਖੇ, ਉਹ ਸਿਸਟਮ ਬਣਿਆ। ਸੁਬਹਾ ਦਾ ਟਾਈਮ ਹੋਇਆ, ਤਕਰੀਬਨ ਕੋਈ 6-7 ਦਾ ਟਾਈਮ ਸੀ, ਠੀਕ ਹੈ, ਮਤਲਬ ਕੋਈ ਦਿਨ ਨਿਕਲਿਆ ਸੀ। ਅਤੇ ਇਹ ਪਾਕਿਸਤਾਨ ਤੋਂ ਇਰਾਨ ਜਿਹੜੇ ਤੇਲ ਸਮਗਲਰ ਕਰਦੇ ਨਾ ਇਹਨਾਂ ਦੇ ਉੱਤੇ ਖੋਤਿਆਂ 'ਤੇ ਰੱਖ ਕੇ ਕਹਿੰਦਾ, ਉਹ ਆਏ ਨੇ ਔਰ ਉਹ ਉੱਥੋਂ ਕੋਲੋਂ ਲੱਗੇ ਨੇ ਔਰ ਉਹਨਾਂ ਦਾ ਵੀ ਇਹੀ ਕੰਮ ਹੁੰਦਾ ਕਿ ਉਹ ਵੀ ਜਿਹੜੇ ਮਰੇ ਪਏ ਹੁੰਦੇ ਨੇ ਰਾਹ ਦੇ ਵਿੱਚ, ਉਹ ਵੀ ਲੁੱਟਣ ਦੀ ਕੋਸ਼ਿਸ਼ ਕਰਦੇ ਵੀ ਜੇਬ ਅਜੂਬਾ ਚੈੱਕ ਕਰਦੇ ਜੇ ਕੋਈ ਚੀਜ਼ ਨਿਕਲ ਆਵੇ। ਉਹ ਇੰਝ ਹੀ ਕੋਲ ਮੇਰੇ ਆਇਆ, ਜਿਸ ਟਾਈਮ ਜੇਬ ਉਹਨੇ ਚੈੱਕ ਕੀਤੀ ਹੈ, ਮੈਂ ਉੱਠਿਆ, ਮੈਂ ਪਾਣੀ ਮੰਗਿਆ, ਉਹਨਾਂ ਮੈਨੂੰ ਪਾਣੀ ਦਿੱਤਾ ਅਤੇ ਬਾਇਆ ਮੇਰੇ ਕੋਲ। ਉਹਨਾਂ ਪੁੱਛਿਆ, ਉਹਨਾਂ ਨੂੰ ਥੋੜ੍ਹੀ ਬਾਲੀ ਉਰਦੂ ਆਉਂਦੀ ਸੀ, ਪੁੱਛਿਆ ਉਹਨਾਂ ਮੇਰੇ ਕੋਲੋਂ ਕਿ ਕਿਹੜਾ ਉਹਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਡੰਕੀ ਲਾਉਂਦੇ ਨੇ ਇਹ ਵਿੱਚ, ਮਤਲਬ ਤੂੰ ਕਿੰਨਾ ਬੰਦਾ ਹੈ। ਉਹ ਇੱਕ ਪਰਚੀ ਦਿੰਦੇ ਉਹਨੇ ਜਿਹਦੇ ਉੱਤੇ ਨਾਂ ਲਿਖ ਕੇ ਦਿੰਦੇ ਨੇ ਕੁਵੈਤ ਤੋਂ ਕਿ ਫਲਾਣੇ ਏਜੰਟ ਦਾ ਬੰਦਾ, ਔਰ ਉਹ ਪਰਚੀ ਮੇਰੇ ਬੈਗ ਦੇ ਵਿੱਚ ਸੀ ਔਰ ਬੈਗ ਮੇਰਾ ਜਿਹੜਾ ਕਿ ਉਹ ਲੈ ਗਏ ਸਨ। ਖੈਰ ਉਹਨਾਂ ਮੈਨੂੰ ਪੁੱਛਿਆ, ਮੈਂ ਉਹਨਾਂ ਦੱਸਿਆ ਕਿ ਉਹ ਏਜੰਟ ਦਾ ਫਲਾਣਾ ਫਲਾਣਾ ਨਾਂ ਹੈ, ਉਹਨਾਂ ਕਿਹਾ ਸਹੀ ਹੋ ਗਿਆ। ਉਹਨਾਂ ਮੈਂ ਉਹਨਾਂ ਨਾਲ ਕਿਹਾ ਕਿ ਮੈਂ ਸੇਫ 'ਤੇ ਜਾਣਾ ਹੈ, ਜਿਹੜੀ ਉਹਦੀ ਸੇਫ ਹੈ। ਉਹਨੇ ਕਿਹਾ ਲੈ ਜਾਂਦੇ ਲੇਕਿਨ ਇਹ ਕਿ ਸਾਨੂੰ ਪੈਸੇ ਚਾਹੀਦੇ ਨੇ। ਮੈਂ ਕਿਹਾ ਠੀਕ, ਮੇਰੇ ਕੋਲ ਬੂਟ ਦੇ ਵਿੱਚ